ਹਾਂਜੀ ਵੀਰ ਸਾ ਇਹ ਛੋਰ ਨਾ ਚਾਉ ਕੀਤਾ ਹੋਇਆ ਕੁੱਤਿਆਂ ਦਾ ਅੱਜ ਦੇ ਵੇਖੋ ਨਾ ਜਾਨਵਰ ਇਸ ਰੱਖੇ ਹੋਇਆ ਤੇ ਹੁਣ ਇਹਨੂੰ ਪਿਆ ਲਈ ਬਹਿੰਦਾ ਤੇ ਮੁੰਡੇ ਦੇ ਨਾਲ ਮੈਂ ਤੁਹਾਨੂੰ ਵੀ ਖਾਂਦਾ ਹੀ ਹਾਂ ਚੱਲ ਓਏ ਲੜਾਉ ਮੈਂ ਖੁਦਾ ਦੇ ਉਡਾਵੇਂ ਨਾ ਜਿਹੜਾ ਉੱਡਦਾ ਉੱਤਾ ਹੈ ਹਾਂਜੀ ਸਾਕਿਬ ਕੀ ਹਾਲ ਹੈ ਤੇਰੇ ਇਹ ਹੁਣ ਕਿਉਂ ਕਿਸ ਦੀ ਤਿਆਰੀ ਕਰਾਂਦਾ ਪਤਾ ਯਾਨੀ ਕਿ ਤੂੰ ਅੱਛਾ ਇਹ ਤੋਂ ਬਾਅਦ ਲੜਾਈ ਤੇ ਇਹਦਾ ਨਾਂ ਕੀ ਰੱਖਿਆ ਇਹਨੇ ਕਾਕਾ ਸ਼ਾਕਾ ਹਾਂਜੀ ਵੀਰ ਤੇ ਸ਼ਾਕਾ ਹੈ ਪਿਆ ਬੜਾ ਮਿਹਨਤ ਨਾ ਵਾ ਡਾਓ ਖੁਦਾ ਦੇ ਬੰਦੇ ਹੁਣ ਤੇ ਇਹਨੂੰ ਲਈ ਕਿਆ ਕਰਿਆ ਇਹਦੇ ਕਿਤੇ ਲਈ ਪਤਾ ਇਹਨੂੰ ਅੱਛਾ ਸੈਰ ਤਫਰੀਹ ਕਰ ਰਿਹਾ ਹਾਂਜੀ ਵੀਰ ਤੇ ਸ਼ਾਕਾ ਜਿਹੜਾ ਨਾ ਸੈਰ ਤਫਰੀਹ ਤੇ ਨਿਕਲਿਆ ਹੋਇਆ ਤੇ ਅੱਜ ਵੇਖ ਨਾ ਆਹੋ ਵੇਖ ਨਾਲ ਇਹਨੂੰ ਭੌਕਦਾ ਹੀ ਗਤੀ ਆ ਉਦੋਂ ਇਹ ਵੇਖੋ ਇਹ ਜਨਾਬ ਕਹਿ ਲਾ ਇੱਥੇ ਸਾਡੇ ਕੋਲ ਵਾਟੇ ਸਮਾਨ ਰੱਖਿਆ ਉਹਨਾਂ ਤੇ ਬੰਦੇ ਬਾਕੀ ਅੱਛਾ ਇਹ ਤਿਆ ਇਹ ਖਵਾਈਂਦੇ ਸ਼ਵਾਈਂਦੇ ਨੂੰ ਕਿਸ਼ ਆਓ ਦੇਸੀ ਘੀ ਹੋਰ ਦੁੱਧ ਲੱਸੀ ਤੇ ਆ ਬਾਕੀ ਜਿਹੜਾ ਛਿਛੜੇ ਵਗੈਰਾ ਗੋਸ਼ਤ ਵਗੈਰਾ ਤੇ ਇਹਨੂੰ ਇਹ ਫਿਰਾਓ ਨਾ ਤਾਂ ਕੀ ਹੁੰਦਾ ਅੱਛਾ ਸਾਹ ਚੜ੍ਹਨ ਲੱਗ ਜਾਂਦਾ ਯਾਨੀ ਕਿ ਮੁੜੇ ਲੜ ਨਹੀਂ ਸਕਦੇ ਤੇ ਹੁਣ ਕਿਤਨਾ ਟਾਈਮ ਲੜ ਲੈਂਦੋ ਸੀ ਅੱਛਾ ਤਾਂ ਤੁਸੀਂ ਫਿਰਾਈਂਦੇ ਹੋ ਯਾਨੀ ਕਿ ਅੱਧਾ ਘੰਟਾ ਇਹਨੂੰ ਲੜਨਾ ਪਵੇ ਤਾਂ ਲੜ ਸਕਦਾ ਹਾਂ ਅੱਛਾ ਤੇ ਹੁਣ ਜਿਹੜੀ ਬਰੀਡਿੰਗ ਵਗੈਰਾ ਹੁੰਦੀ ਹੈ ਹੁਣ ਇਹ ਉਹਦੇ ਲੈ ਖੇ ਜਾਂ ਕੋਈ ਨਹੀਂ ਅਜੇ ਤਾਂ ਹਜੇ ਤਾਂ ਯਾਨੀ ਕਿ ਅੱਛਾ ਯਾਨੀ ਹਜੇ ਤਾਂ ਇਸ ਤੋਂ ਬਰੀਡਿੰਗ ਕਰਾਈ ਕਾ ਨਹੀਂ ਤੁਸੀਂ ਕੋਈ ਕਰਾਵਣ ਆ ਜਾ ਤੁਹਾਨੂੰ ਕਰਾਉਣ ਦਿੰਦੇ ਕੋਈ ਨਾ ਹਾਂਜੀ ਵੀਰ ਤਾਂ ਤੁਸੀਂ ਗੱਲਾਂ ਬਾਤਾਂ ਇਹਦੀਆਂ ਸੋਹਣੀਆਂ ਯਾਰ ਇਹਨੂੰ ਥੋੜ੍ਹੇ ਜਿਹੇ ਭਜਾ ਤਾਂ ਵਿਖਾ ਸਾਨੂੰ ਹਾਂਜੀ ਵੀਰ ਤੇਜ਼ ਹੁਣ ਤੁਰਨ ਹੋ ਗਿਆ ਤਾਂ ਮੈਨੂੰ ਨਾਲ ਤੇਜ਼ ਤੁਰਨਾ ਪੈਂਦਾ ਨਹੀਂ ਨਹੀਂ ਅੱਗੋਂ ਨਹੀਂ ਬਣਾ ਅੱਛਾ ਬਾਈ ਅੱਗੋਂ ਬਣਾ ਇਹਨੂੰ ਵੀ ਖਾ ਤਾਂ ਸਹੀ ਜੋੜ ਦੇ ਆਮ ਚੱਲ ਹੁਣ ਟੋਰ ਚਾਲੀ ਥਾਂ ਅੱਛਾ ਲੜਾਇਆ ਛੜਾਇਆ ਕੋਈ ਨਹੀਂ ਆਏ ਅੱਛਾ ਤੇਰਾ ਕੀ ਬਣਾਵਾ ਵਿਲਾਗ ਆ ਬਈ ਵਿਲਾਗ ਬਣੀ ਆਇਆ ਪਰਵੇਜ ਸਾਹਿਬ ਦਾ ਵਿਲਾਗ ਬਣੀ ਸਾਂ ਕੋਈ ਮਸਲਾ ਆ ਜਾ ਆ ਜਾ ਅੱਛਾ ਹੁਣ ਤਿਆਰ ਹੀ ਹੈ ਜੀ ਯਾਨੀ ਕਿ ਖਲੋਤਾ ਹਾਂਜੀ ਵੀਰ ਤਾਂ ਤੁਸੀਂ ਇਹਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ ਤਾਂ ਮੁੜ ਅਗਲੇ ਵਿਲਾਗ ਨਾਲ ਤੁਹਾਨੂੰ ਮਿਲ ਸਾਂ ਕੋਈ ਨਵੀਂ ਚੀਜ਼ ਤੁਹਾਨੂੰ ਵਿਖਸਾਂ ਇਹ ਤੁਹਾਨੂੰ ਉਮੀਦ ਕਰੇ ਸਾਂ ਕਿ ਵਿਲਾਗ ਪਸੰਦ ਆਇਆ ਸੀ ਅਤੇ ਆਪਦਾ ਫੀਡਬੈਕ ਜ਼ਰੂਰ ਦਿਵਿਆ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋਵੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਵਿਆ ਲਾਈਕ ਕਰ ਦਿਵਿਆ ਕਮੈਂਟ 'ਚ ਕਰ ਦਿਵਿਆ ਅਤੇ ਬੈਲ ਲਾਈਕ ਉਹਨੀ ਦਬਾ ਦਿਵਿਆ ਇੱਕ ਮਿੰਟ ਹੋਏ ਦੋ ਤਰ੍ਹਾਂ ਤਸਵੀਰਾਂ ਬਣਵਾਉਣ ਦੇ ਤੇਰੀ ਅੱਛਾ ਸ਼ੇਰ ਹੋਵੇ ਇੱਥੇ ਕਿ